ਇਹ ਗੱਡੀ ਤੁਹਾਡੇ ਹਵਾਲੇ ਆ। ਮੀਆਂ ਸ਼ਰੋਤ ਸਾਹਿਬ ਨੇ ਉੱਤੋਂ ਭੇਜਿਆ ਮੈਨੂੰ ਉੱਤੋਂ। ਉੱਤੋਂ? ਹਾਂ। ਮਰ ਕੇ ਆਏ ਉੱਤੋਂ? ਓਏ ਉਹ ਦਫ਼ ਇਹ ਭਾਈ ਬਿਲਕੁਲ ਇੰਜ ਸਾਫ਼ ਹੋਣੇ ਚਾਹੀਦੇ। ਮੈਂ ਕਿਹਾ ਤੁਹਾਨੂੰ ਕੰਮ ਇੰਜ ਦਾ ਕਰ ਦੇਣਾ ਵਾ, ਤੁਸੀਂ ਗੱਡੀ ਨੂੰ ਨਹੀਂ ਪਛਾਣੋਗੇ। ਤੂੰ ਗੱਡੀ 'ਤੇ ਕਾਲਾ ਇਲਮ ਕਰ ਦੇਣਾ, ਗੱਡੀ ਗਾਇਬ ਕਰ ਦੇਣੀ। ਮੀਆਂ ਸਾਹਿਬ ਨੇ ਕਿਹਾ ਸ਼ਰੋਤ ਸਾਹਿਬ ਨੇ ਜਿਹੜਾ ਕੰਮ ਅੱਛਾ ਕਰਨਾ ਵਾ। ਇਹ ਕੁਛ ਨਹੀਂ ਕੰਮ ਕਰਦਾ, ਸਿਰਫ ਬਕਵਾਸ ਕਰਦਾ ਜੀ। ਹੈਲੋ, ਚਿਲਤਨ ਪਿਓਰ ਵਾਲਿਆਂ ਦੀ ਭਲਾ ਕੀ ਆਈਟਮ ਅੱਜ? ਅੱਜ ਕੀ ਆਈ ਹੈ ਜੀ ਨਵੀਂ ਆਈਟਮ? ਹਾਂ ਹਾਂ ਹਾਂ, ਪੀਨਟਸ। ਇਹ ਕੀ ਹੁੰਦਾ ਜੀ ਸਾਜੀ? ਪੀਨਟਸ। ਪੀਨਟਸ ਕਦੀ ਮੂੰਗਫਲੀ ਖਾਧੀ ਹੈ? ਹਲੋ, ਮੂੰਗਫਲੀ ਤਾਂ ਰੋਜ਼ ਖਾਂਦਾ ਮੈਂ। ਅਤੇ ਇਹ ਮੂੰਗਫਲੀ ਆ, ਉਹਨੂੰ ਇੰਗਲਿਸ਼ 'ਚ ਪੀਨਟਸ ਕਹਿੰਦੇ ਆ, ਲੇਕਿਨ ਇਹਨਾਂ ਨੇ ਬੜਾ ਸਾਫ਼ ਸੁਥਰਾ ਉਹਨੂੰ ਕਰਕੇ ਨਾ ਅਤੇ ਉਹਦੀ ਭੁਨਾਈ ਕਰਕੇ ਅਤੇ ਬਿਹਤਰੀਨ ਬਣਾਈ ਆ। ਅੱਛਾ ਜੀ, ਨਾਜ਼ਰੀਨ ਲਾਜ਼ਮੀ ਤੁਸੀਂ ਚੈੱਕ ਕਰਨਾ, ਅੱਜ ਕੱਲ੍ਹ ਡਰਾਈ ਫਰੂਟ ਦਾ ਵੈਸੇ ਵੀ ਸੀਜ਼ਨ ਆ। ਹਾਂ, ਅਤੇ ਰਾਤ ਨੂੰ ਨਿਆਣੇ ਜਿਹੜੇ ਰਜ਼ਾਈ 'ਚ ਲੈ ਕੇ ਪੀਨਟ ਖਾਂਦੇ ਆ ਅਤੇ ਉਹ ਗੰਦ ਨਹੀਂ ਪਊਗਾ, ਇਹ ਪਿਓਰ ਆ ਸਾਫ਼ ਸਿੱਧਾ ਹੀ ਜੀ। ਬਿਲਕੁਲ ਛਿਲਕਾ ਲੱਥਾ ਇਹਦਾ, ਅਤੇ ਤੁਸੀਂ ਇਹ ਚਿਲਤਨ ਪਿਓਰ ਵਾਲਿਆਂ ਦੀ ਹੋਰ ਵੀ ਬੜੀ ਬੜੀ ਆਈਟਮ ਆ, ਉਹ ਵੀ ਤੁਸੀਂ ਦੇਖੋ, ਥੱਲੇ ਲਿੰਕ ਵੀ ਦਿੱਤਾ ਹੈ ਅਸੀਂ। ਅਤੇ ਹੁਣ ਚੱਲੀਏ ਜੀ ਵੀਡੀਓ 'ਤੇ। ਹਾਂਜੀ, ਚੱਲੀਏ। ਅੱਜ ਤਾਂ ਸ਼ੋਲੇ ਫਿਲਮ ਦਾ ਠਾਕਰ ਹੀ ਲੱਗ ਰਿਹਾ। ਅੱਖ ਨਾ ਕੋਈ ਚਪਕਾਵੇ, ਮੋਬਾਈਲ ਨੂੰ ਪੜਥੂ ਪਾਵੇ, ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ। ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ, ਸਾਰੀ ਦੁਨੀਆ ਗਈ ਇਹਨੂੰ ਮਾਨੇ, ਇਹ ਚੈਨਲ ਨੰਬਰ 1 ਏ ਲਬੇਲਾ ਟੀਵੀ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ, ਓਹ ਲਬੇਲਾ ਏ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ, ਓਹ ਲਬੇਲਾ ਏ। ਹੋਏ ਤੇ ਜੁਗਤਾਂ ਦੀ ਬਣ ਦੀ ਕਤਾਰ, ਹੋਏ ਤੇ ਵਿਕਿਆਂ ਦਾ ਨਹੀਂ ਕਾਰੋਬਾਰ, ਹੋਏ ਨੂੰ ਵੇਖਦੇ ਸਮੁੰਦਰੋਂ ਪਾਰ। ਇਹ ਗੱਡੀ ਤੁਹਾਡੇ ਹਵਾਲੇ ਆ, ਮੀਆਂ ਸ਼ਰੋਤ ਸਾਹਿਬ ਨੇ ਉੱਤੋਂ ਭੇਜਿਆ ਮੈਨੂੰ ਉੱਤੋਂ। ਉੱਤੋਂ? ਹਾਂ। ਮਰ ਕੇ ਆਏ ਉੱਤੋਂ? ਓਏ ਉਹ ਦਫ਼ਤਰ ਨਹੀਂ ਮੀਆਂ ਸਾਹਿਬ ਦਾ ਉੱਪਰ? ਅੱਛਾ ਅੱਛਾ, ਮੀਆਂ ਸ਼ਰੋਤ ਉਤਲੀ ਮੰਜ਼ਿਲ ਵੀ ਕਹੋ ਨਾ ਨਾਲ। ਰਿੰਪਾ ਪਲਾਜ਼ਾ ਯਾਰ ਬਾ, ਮੀਆਂ ਸਾਹਿਬ ਸਾਰਾ ਉਹ ਓਨਰ ਨੇ ਇੱਥੇ। ਹਾਂਜੀ ਹਾਂਜੀ, ਉਹ ਉਹਨਾਂ ਦਾ ਹੀ ਆ ਸਾਰਾ ਸਿਸਟਮ ਇੱਥੇ। ਉਹਨਾਂ ਨੇ ਕਿਹਾ ਗੱਡੀ ਤੁਹਾਡੀ ਬਿਹਤਰੀਨ ਹੋ ਜਾਏਗੀ, ਆ ਜ਼ਰਾ ਦੇਖ ਲਓ ਕੀ ਕਰਨਾ ਹੁਣ ਇਹਦੇ 'ਚ, ਕੀ ਹੁੰਦਾ? ਦੇਖੋ ਜੀ, ਤਾਂ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਹਾਡੇ 'ਤੇ ਕੋਈ ਡਿਪੈਂਡ ਨਹੀਂ ਕਰਦਾ। ਨਹੀਂ ਨਹੀਂ, ਮੈਂ ਆਪ ਕਰਨੀ ਗੱਡੀ ਸਾਫ਼। ਨਹੀਂ ਨਹੀਂ, ਦੇਖੋ ਇਹਦੇ 'ਚ ਸਰਾਮਿਕਸ ਕੋਟਿੰਗ ਹੁੰਦੀ ਆ। ਕਿਹੜੀ? ਸਰਾਮਿਕਸ ਕੋਟਿੰਗ ਹੁੰਦੀ ਆ, ਗਲਾਸ ਕੋਟਿੰਗ ਹੁੰਦੀ ਆ। ਅੱਛਾ, ਜਿਵੇਂ ਇੱਕ ਗਲਾਸ ਇੱਕ ਸਾਰੀ ਗੱਡੀ 'ਤੇ ਲਾ ਦਈਦਾ। ਗਲਾਸ ਕਿਹੜਾ, ਪਾਣੀ ਪੀਣ ਵਾਲਾ? ਕਿਹੜਾ ਗਲਾਸ? ਪੜਿਆ ਨਹੀਂ ਥੋੜ੍ਹਾ ਬਹੁਤਾ? ਗਲਾਸ ਇੱਕ ਪਾਣੀ ਪੀਣ ਵਾਲਾ ਹੁੰਦਾ, ਇੱਕ ਗਲਾਸ ਸ਼ੀਸ਼ੇ ਨੂੰ ਕਹਿੰਦੇ ਆ। ਅੱਛਾ, ਜਿਹੜਾ ਆਰਟੀਫਿਸ਼ ਸ਼ੀਸ਼ਾ ਹੁੰਦਾ ਉਹਨੂੰ ਕਹਿੰਦੇ ਗਲਾਸ। ਗੱਡੀ ਸ਼ੀਸ਼ਾ ਹੋ ਜਾਏਗੀ? ਮੈਂ ਕਿਹਾ ਜੀ ਗਲਾਸ ਲੱਗ ਜਾਵੇਗਾ ਅਤੇ ਇਹ ਗੱਡੀ ਤੁਹਾਡੀ ਡਸਟ ਪਰੂਫ ਹੋ ਜਾਏਗੀ। ਡਸਟ ਪਰੂਫ? ਫਰਜ਼ ਕਰੋ ਮਹੱਲੇ 'ਚ ਤੁਸੀਂ ਲੜ ਪੈਂਦੇ ਹੋ, ਹਾਂ, ਤੁਹਾਡੇ ਸਿਰ 'ਚ ਖੇਹ ਪਏਗੀ, ਗੱਡੀ 'ਤੇ ਨਹੀਂ ਪਏਗੀ। ਸਿਰ 'ਚ ਖੇਹ ਕਿਉਂ ਪਏਗੀ? ਜਦੋਂ ਡਸਟ ਪਰੂਫ ਹੋ ਜਾਣਾ ਵਾ, ਫਿਰ ਤਾਂ ਤੁਸੀਂ ਰੌਲਾ ਨਿਕਲ ਗਿਆ ਤੁਹਾਡਾ। ਅਤੇ ਬੇਟੇ ਤੂੰ ਵੀ ਇੱਥੇ ਸ਼ੀਸ਼ਾ ਕਰਾ, ਬਿਲਕੁਲ ਸ਼ੀਸ਼ਾ ਹੋ ਗਿਆ। ਸਿਰ ਨਾ ਕਰਦਾ ਗੱਡੀਆਂ ਸਾਫ਼? ਸਾਡੇ ਕੋਲ ਬਹੁਤ ਸਾਰੇ ਆਪਸ਼ਨ ਵਾ, ਅੱਗ ਪਰੂਫ ਵੀ ਹੈ ਵਾ ਸਾਡੇ ਕੋਲ। ਤੂੰ ਅੱਗ ਪਰੂਫ ਕਿਹੜੀ ਹੁੰਦੀ ਆ? ਉਹ ਅੱਗ ਪਰੂਫ ਤੋਂ ਮੁਰਾਦ ਵੀ ਸ਼ਰੀਕੇ, ਜੇ ਤੁਹਾਨੂੰ ਕੋਈ ਗੱਲ ਐਸੀ ਕਹੀ ਤੁਹਾਨੂੰ ਅੱਗ ਲੱਗੀ ਹੈ, ਤੁਹਾਨੂੰ ਲੱਗੇਗੀ। ਤੁਹਾਨੂੰ ਲੱਗੇ ਅੱਗ? ਗੱਡੀ ਨੂੰ ਨਹੀਂ, ਗੱਡੀ ਨੂੰ ਨਹੀਂ ਲੱਗਣ ਲੱਗੀ। ਇਹ ਵੀ ਆ ਗਿਆ ਕੰਮ? ਹਾਂਜੀ, ਅੱਗ ਪਰੂਫ ਹੈਗਾ ਵਾ ਸਾਡੇ ਕੋਲ। ਨਹੀਂ, ਬਾਹਰ ਕੰਪਾਊਂਡ ਪਾਲਿਸ਼ ਕਰਨੀ ਆ, ਅੰਦਰ ਦੇਖ ਲਓ ਸੀਟਾਂ ਸੂਟਾਂ ਇਹਦੀਆਂ ਸਾਰੀਆਂ ਜਿਹੜੀਆਂ ਵਾਸ਼ ਕਰਨੀਆਂ। ਅਤੇ ਯਾਰ ਹੈ ਤਾਂ ਗੋਡੇ ਗੋਡੇ ਉੱਤੇ ਘੱਟਾ ਜੰਮਿਆ ਵਾ, ਕਿਤੇ ਧੁਆਈ ਨਹੀਂ ਕਿਤੇ ਸੀਟਾਂ ਸੁੱਟਾਂ? ਪਹਿਲੇ ਤੇਰੇ ਹੱਥ ਨੂੰ ਲੱਗਾ ਭਾਈ, ਪਿੱਛੋਂ ਕਿੱਥੋਂ ਲੱਗ ਗਿਆ? ਨਹੀਂ ਨਹੀਂ, ਬੰਦਾ ਇੱਕ ਅੱਧੀ ਵਾਰੀ ਤਾਂ ਕਰਾਉਂਦਾ ਨਾ ਵਾਸ਼ ਗੱਡੀ ਨੂੰ, ਤਾਂ ਕਿਤੇ ਬਾਹਰੋਂ ਬੂਹਰੋਂ ਪਾਣੀ ਪੂਣੀ ਮਰਵਾਇਆ ਵਾ ਗੱਡੀ ਨੂੰ। ਨਹੀਂ ਨਹੀਂ, ਵਾਸ਼ ਤਾਂ ਕਰਾਉਂਦੇ ਰਹੀ ਦਾ ਸਰਵਿਸ ਤੋਂ, ਲੇਕਿਨ ਜ਼ਾਹਰ ਹੈ ਤੁਹਾਡੇ ਕੋਲ ਭੇਜਿਆ ਹੁਣ ਤੁਸੀਂ ਅੱਛਾ ਕੰਮ ਕਰਦੇ ਹੋ। ਤੁਹਾਡਾ ਕੋਈ ਉਸਤਾਦ ਹੈਗਾ? ਹਾਂਜੀ, ਉਸਤਾਦ ਹੈ ਨੇ। ਕੰਪਾਊਂਡ ਪਾਲਿਸ਼ ਕਰਨੀ ਆ, ਸ਼ੀਸ਼ਾ ਬਾਅਦ 'ਚ ਕਰ ਦੇਣਾ। ਹਾਂਜੀ, ਸ਼ੀਸ਼ੇ ਲੱਗੇ ਹੀ ਆ ਗੱਡੀ ਨੂੰ? ਨਹੀਂ ਨਹੀਂ, ਉਹ ਗੱਡੀ ਦੀ ਬਿਹਤਰੀ ਵਾਸਤੇ ਹੁੰਦੇ ਆ, ਗੱਡੀ ਦੀ ਉਮਰ ਵੱਧ ਜਾਂਦੀ ਆ। ਤੁਸੀਂ, ਤੁਹਾਨੂੰ ਗੱਡੀ ਅਸੀਂ ਕਰਕੇ ਦੇਣੀ ਆ ਤੁਹਾਨੂੰ? ਗੱਡੀ ਦੀ ਉਮਰ ਕਹਿੰਦੀ ਭਾਈ, ਗੱਡੀ ਮੇਰੇ ਤੋਂ ਛੋਟੀ ਆ ਵੀ ਵੱਧ ਜਾਣੀ ਉਮਰ। ਇਹ ਭਾਅ ਜੀ ਕਿੰਨਾ ਕੁ ਟਾਈਮ ਲੱਗੇਗਾ? ਇਹ ਟਾਈਮ ਭਾਈ, ਇੱਥੇ ਮਾਰਕੀਟ 'ਚ ਹੋਰ ਵੀ ਲੋਕ ਕਰਦੇ। ਹੋਰ ਕਿੱਥੇ ਆਪਣੇ ਮੁੰਡੇ ਜਿਹੜੇ ਨਾਲ ਕੰਮ ਕਰਨ ਵਾਲੇ? ਤੂੰ ਤਾਸ਼ ਖੇਡਣੀ ਉਹਨਾਂ ਨਾਲ, ਵੀ ਆ ਜਾਣਗੇ ਮੁੰਡੇ ਜਦੋਂ ਕਹਾਂਗਾ ਉਹਨਾਂ ਨੂੰ।
नहीं काम मुंडे लाओ ना काम ते मूना चल शुरू करो यार गड्डी नु ते रेल उस्ताद किथे ने आ रहे रस्ते हैं रस्ते च ने आ रहे रस्ते च आ रहे की गल पैदल आ रहे आज गड्डी पेंचर हो गई अच्छा गड्डी पेंचर हो गई तो तानू ए तुसी गड्डी मतलब इंज होनी चाहिए है मैं कह जी तुसी घबराना नहीं गा गड्डी दी ना जड़े क्रैश नहीं पए होंदे वो भी सेट कर दांगे ए जड़े हां जी ए क्रैश है तुसी शक्लो भी मेनू क्रैश ही लगदे हो ए जड़े सारे मिटड़े चाहिए है मैं कहना भी ए भाई बिल्कुल इंज साफ होने चाहिए मैं क्या तानू काम इंज दा कर देना वा तुसी गड्डी नू नहीं पहचानोगे तू गड्डी ते काला इल्म कर देना ਗੱਡੀ ਗਾਇਬ ਕਰ ਦੇਣੀ ਪਛਾਣਨੀ ਨਹੀਂ ਮੈਂ ਨਹੀਂ ਨਹੀਂ ਰੰਗ ਚੇਂਜ ਕਰਨ ਲੱਗਾ ਮੈਂ ਕਹਿੰਦਾ ਇੰਨੀ ਸ਼ਾਈਨਿੰਗ ਤੇ ਇੰਨੀ ਗੱਡੀ ਨਵੀਂ ਹੋ ਜਾਏਗੀ ਜਿੱਥੇ ਮਰਜ਼ੀ ਜਾ ਕੇ ਸਸਤੀ ਵੇਚ ਸਕਦੇ ਹੁੰਦੇ ਯਾਰ ਤੇਰੇ ਹੱਥਾਂ ਤੋਂ ਨਹੀਂ ਲੱਗਦਾ ਵੀ ਸ਼ਾਈਨਿੰਗ ਹੋਏਗੀ ਗੱਡੀ ਤੇ ਭਾਜੀ ਇਹ ਮਿਹਨਤ ਮਜ਼ਦੂਰੀ ਆ ਕਰਕੇ ਗ੍ਰੈਂਡਰ ਚਲਾ ਚਲਾ ਕੇ ਦੂਸਰੇ ਕੰਮ ਕਰਕੇ ਫਿਰ ਸਾਰੀ ਬਾਤ ਆ ਦੇਖ ਲਓ ਮੀਆਂ ਸ਼ਰੋਜ ਨੇ ਭੇਜਿਆ ਮੈਂ ਲਾਮੇ ਵਾਲੀ ਗੱਲ ਨਾ ਹੋਵੇ ਨਹੀਂ ਨਹੀਂ ਉਹ ਸ਼ਰੋਜ ਸਾਹਿਬ ਦੀ ਤੁਹਾਨੂੰ ਪਤਾ ਵਾ ਵੀ ਮੀਆਂ ਸਾਹਿਬ ਦਾ ਅਸੀਂ ਆਪ ਬੜਾ ਹਿਆ ਕਰਦੇ ਹਾਂ ਅੰਦਰੋਂ ਗੱਡੀ ਸਾਰੀ ਸਾਫ਼ ਕਰਨੀ ਆ ਸਫਾਈ ਕਰਨੀ ਗੱਡੀ ਦੀ ਆਹੋ ਹੋ ਜਾਏਗੀ ਤੇ ਘਰਾਂ 'ਚ ਵੀ ਕਰ ਦਿੰਦੇ ਜਾ ਕੇ ਹੈਲੋ ਨਹੀਂ ਘਰਾਂ 'ਚ ਜਾ ਕੇ ਵੀ ਗੱਡੀ ਕਰ ਦਿੰਦੇ ਹੋ ਮੈਂ ਕਿਹਾ ਗੱਡੀ ਵੀ ਕਵੋ ਨਾ ਨਾਲ ਘਰਾਂ ਦੀ ਕੌਣ ਸਫਾਈ ਕਰਦਾ ਨਹੀਂ ਘਰ ਜਾ ਕੇ ਵੀ ਕਰ ਦਿੰਦੇ ਔਨਲਾਈਨ ਔਨਲਾਈਨ ਵੀ ਹੈਗਾ ਨਾ ਕੰਮ ਤੁਹਾਡਾ ਹਾਂਜੀ ਔਨਲਾਈਨ ਵੀ ਆ ਸਾਡੇ ਕੋਲ ਫੋਨ ਨੰਬਰ ਹੈਗਾ ਵਾ ਲੋਕ ਔਨਲਾਈਨ ਵੀ ਅਸੀਂ ਘਰਾਂ 'ਚ ਵੀ ਚਲੇ ਜਾਂਦੇ ਚਲੋ ਬਿਸਮਿਲਾ ਕਰਕੇ ਸ਼ੁਰੂ ਕਰੋ ਤੁਸੀਂ ਫੋਨ ਸਾਜੀ ਆ ਗੱਡੀ ਜ਼ਰਾ ਸਪੈਸ਼ਲ ਕਰਨੀ ਆ ਸਲੀਮ ਅਲਬੇਲਾ ਸਾਹਿਬ ਤੁਹਾਨੂੰ ਪਤਾ ਸਟੇਜ ਦੇ ਲੈਜੈਂਡ ਆਦਮੀ ਆ ਇਹਦੇ ਹਿਸਾਬ ਨਾਲ ਐਨਕ ਲਾ ਕੇ ਭਾਵੇਂ ਅੱਜ ਕਰ ਲਿਓ ਕੋਈ ਮਸਲਾ ਨਹੀਂ ਅੱਛਾ ਕਰੋਗੇ ਨਾ ਕੰਮ ਕਿਉਂਕਿ ਮੈਂ ਸਿਫਾਰਿਸ਼ ਕਰ ਰਿਹਾ ਮੈਂ ਵੀ ਤੁਹਾਡੇ ਨਾਲ ਲੱਗਦਾ ਜ਼ਰਾ ਮੈਂ ਇਹਨਾਂ ਕੋਲ ਪੁੱਛ ਲਵਾਂ ਵੀ ਗੱਡੀ ਨੂੰ ਕਰਨਾ ਕੀ ਚਾਹੁੰਦੇ ਆ ਕੀ ਕਰਵਾਉਣਾ ਚਾਹੁੰਦੇ ਆ ਗੱਡੀ ਨੂੰ ਕੀ ਕਰਾਉਣਾ ਮੈਂ ਦਮ ਕਰਾਉਣਾ ਗੱਡੀ ਨੂੰ ਮਤਲਬ ਪਾਲਿਸ਼ ਹੀ ਕਰਨੀ ਆ ਤੂੰ ਆਹ ਜਿਹੜਾ ਹੈ ਵੀ ਜਿਹੜੇ ਹੈਗੇ ਆ ਆ ਕ੍ਰੈਸ਼ ਜਿਹੜੇ ਨਾ ਕ੍ਰੈਸ਼ੀ ਸਾਹਿਬ ਇਹ ਵੀ ਖਤਮ ਹੋਣੇ ਚਾਹੀਦੇ ਕ੍ਰੈਸ਼ੀ ਸਾਹਿਬ ਨਹੀਂ ਉਹ ਭਾਈ ਜੱਟ ਆ ਅਸੀਂ ਚਲੋ ਕੋਈ ਗੱਲ ਨਹੀਂ ਉਹ ਜਿਹੜਾ ਜਿਹੜਾ ਕੋਈ ਕੰਮ ਕਰਦਾ ਉਹ ਹੋ ਗਿਆ ਹਾਂਜੀ ਜਿਹੜਾ ਖੇਤੀਬਾੜੀ ਕਰਦਾ ਜੱਟ ਹੋ ਗਿਆ ਵਾ ਤੇ ਇਹ ਸਾਡੇ ਕੋਲ ਆਪਸ਼ਨ ਹੋਰ ਵੀ ਆ ਦੇਖਣਾ ਭਾਜੀ ਆ ਜਿਹੜਾ ਆ ਲਿਖੀ ਇਹਨੂੰ ਹੀ ਭਾਈ ਕ੍ਰੈਸ਼ ਕਹਿੰਦੇ ਆ ਤੁਸੀਂ ਕਿਸੇ ਨਾਲ ਗੱਡੀ ਨਾਲ ਖਹਿ ਕੇ ਅੰਨੇ ਵਾਹ ਕਿਸੇ 'ਚ ਮਾਰੀ ਆ ਨਹੀਂ ਮੋਟਰਸਾਈਕਲ ਵਾਲੇ ਮਾਰ ਜਾਂਦੇ ਖਲੋਤੀ ਜੀ ਮਾਰ ਗਿਆ ਹੈ ਉਹ ਅੱਜ ਕਹਿੰਦਾ ਮੈਨੂੰ ਭਾਜੀ ਨਜ਼ਰ ਨਹੀਂ ਆਇਆ ਤੇ ਮੌਸਮੀ ਅਸਰਾਤ ਤੋਂ ਵੀ ਜਿਹੜੀ ਹੈ ਨਾ ਗੱਡੀ ਉਹ ਵੀ ਬਚੇਗੀ ਜਦੋਂ ਅਸੀਂ ਕੰਮ ਕਰ ਦੇਣਾ ਨਾ ਮੌਸਮੀ ਸਾਉਣ ਭਾਦੋਂ ਜੇ ਤੁਹਾਨੂੰ ਪਤਾ ਵਾ ਇੱਥੇ ਰੇਸ਼ ਜੇ ਹੋ ਜਾਂਦੇ ਆ ਬੰਦਿਆਂ ਦੇ ਅਤੇ ਗੱਡੀ ਦੇ ਵੀ ਹੋ ਜਾਂਦੇ ਉਹ ਵੀ ਨਹੀਂ ਗੱਡੀ ਕਰਨੀ ਕਿ ਮੈਨੂੰ ਕਰਨਾ ਤੂੰ ਮਤਲਬ ਨਹੀਂ ਉਹ ਮੈਂ ਤੁਹਾਨੂੰ ਮਿਸਾਲ ਦੇ ਰਿਹਾ ਵਾਂ ਵੀ ਮੌਸਮੀ ਅਸਰਾਤ ਤੋਂ ਹੁਣ ਧੁੰਦਾਂ ਦੇ ਵਿੱਚ ਤੁਹਾਨੂੰ ਪਤਾ ਵਾ ਵੀ ਗੱਡੀ ਜਿਹੜੀ ਆ ਉਹ ਅਗਲੀ ਗੱਡੀਆਂ 'ਚ ਕਿੰਨੀਆਂ ਵੱਜਦੀ ਹੈ ਅੱਲਾ ਰਹਿਮ ਕਰੇ ਯਾਰ ਇਹੋ ਜਿਹੀ ਕਾਲੀ ਜ਼ਬਾਨ ਆ ਤੇਰੀ ਮੈਂ ਤਾਂ ਕਿਹਾ ਮੂੰਹ ਵੀ ਕਾਲਾ ਤੇਰਾ ਉਹ ਲੱਗ ਜਾਂਦੀਆਂ ਬੀਮਾ ਦੂਸਰੀਆਂ ਜਿਹੜੀਆਂ ਲਾਈਟ ਵਧਾ ਦਿੰਦੀਆਂ ਧੁੰਦਾਂ 'ਚ ਤੁਸੀਂ ਇੰਝ ਫਿਰਨਾ ਵਾ ਜਿਵੇਂ ਤੁਸੀਂ ਘਰ ਜਾਣਾ ਹੀ ਨਹੀਂ ਗਾ ਫਿਰ ਹੀ ਜਾਓਗੇ ਕਿਉਂਕਿ ਤੁਹਾਨੂੰ ਨਜ਼ਰ 'ਚ ਆਉਣਾ ਧੁੰਦੇ 'ਚ ਆਹ ਬਾਅਦ ਟਾਈਮ ਬੰਦਾ ਗਲਤ ਪੈ ਜਾਂਦਾ ਘਰ ਲੱਭਦਾ ਹੀ ਨਹੀਂ ਹਾਂਜੀ ਹਾਂਜੀ ਅਤੇ ਉਹ ਉਹ ਮੌਸਮੀ ਅਸਰਾਤ ਤੋਂ ਵੀ ਹੈ ਵਾ ਸਾਡੇ ਕੋਲ ਉੱਪਰ ਚੜ੍ਹਾ ਦੇਣੀ ਹੈ ਕੋਟਿੰਗ ਕਰ ਦੇਣੀ ਹੈ ਕੀ ਚਾਦਰ ਗਰਮ ਪਾ ਦੇਣੀ ਇੱਥੇ ਯਾਰੀ ਏਡੀ ਠੰਡ ਲੱਗਦੀ ਤੇਰੀ ਗੱਡੀ ਨੂੰ ਵਿੱਚੋਂ ਤਾਂ ਦੇਖੋ ਤੁਸੀਂ ਵਿੱਚ ਤਾਂ ਆਓ ਆਹ ਜਿਹੜੀਆਂ ਹੈਗੀਆਂ ਨਾ ਚੀਜ਼ਾਂ ਦੀਆਂ ਉਹ ਦੇਖੋ ਇਹ ਦੇਖੋ ਟਾਈਮ ਕਿੰਨਾ ਕੁ ਲੱਗਣਾ ਮੈਨੂੰ ਟਾਈਮ ਦੇ ਦਿਓ ਹੈ ਟਾਈਮ ਦੇ ਦਿਓ ਮੈਨੂੰ ਟਾਈਮ ਯਾਰ ਮੈਂ ਡਾਕਟਰ ਹਾਂ ਵੀ ਤੇਰੇ ਦੋ ਦਿਨ ਰਹਿ ਗਏ ਮਰ ਜਾਣਾ ਮੈਂ ਕਹਿੰਦਾ ਟਾਈਮ ਦੇਣਾ ਵਾ ਚਾਰ ਪੰਜ ਘੰਟੇ ਲੱਗਣੇ ਆ ਭਾਈ ਅਸੀਂ ਐਵੇਂ ਕੰਮ ਨਹੀਂ ਕਰਦੇ ਹੈਗੇ ਫਰਲੂ ਕੰਮ ਨਹੀਂ ਕਰਦੇ ਅੱਛਾ ਸਮਝਦੇ ਨਾ ਇਹ ਮੁੰਡੇ ਦਿਲ ਆ ਕੇ ਰਹੀ ਉਸਤਾਦ ਆ ਸਾਡਾ ਮੂੰਹ ਨਾ ਮੁੰਡਾ ਮੈਂ ਵਾਂ ਨਾਲ ਅਸੀਂ ਬਿਹਤਰੀਨ ਕੰਮ ਕਰਕੇ ਦੇਵਾਂਗੇ ਤੁਸੀਂ ਦਿਲ ਲਾ ਕੇ ਕੰਮ ਕਰਦੇ ਹਾਂਜੀ ਹੱਥ ਲਾ ਕੇ ਨਹੀਂ ਕਰਦੇ ਨਾ ਮਿਹਨਤ ਹੁੰਦੀ ਹੈ ਮਿਹਨਤ ਹੱਥਾਂ ਨਾਲ ਹੀ ਹੁੰਦੀ ਹੈ ਆ ਸੀਟਾਂ ਸੂਟਾਂ ਫਰਸ਼ ਜਿਹੜਾ ਇਹਦਾ ਸਾਰਾ ਆਹੋ ਉਹ ਕੱਢ ਕੇ ਅੰਦਰੋਂ ਵੀ ਸਾਰਾ ਕਰਾਂਗੇ ਛੱਤ ਕਰਾਂਗੇ ਇਹਦੀ ਥੱਲਿਓਂ ਫਰਸ਼ ਸਾਰਾ ਇੰਝ ਕਲੀਅਰ ਕਰ ਦੇਵਾਂਗੇ ਕਿੱਥੇ ਰਹਿੰਦੇ ਲਾਹੌਰ ਤੁਸੀਂ ਮੈਂ ਮੇਰੀ ਰਿਹਾਇਸ਼ ਭਾਜਣਾ ਕਿ ਇਹ ਪਾਣੀ ਵਾਲੇ ਤਲਾਅ 'ਚ ਪਾਣੀ ਵਾਲੇ ਤਲਾਅ ਰਹਿੰਦੇ ਹਾਂਜੀ ਅਤੇ ਫਿਰ ਨਹੀਂ ਨਹਾਉਂਦਾ ਤੂੰ ਹੈਲੋ ਪਾਣੀ ਵਾਲੇ ਤਲਾਅ ਤਾਂ ਨਹਾਇਆ ਕਰੀ ਯਾਰ ਮਹੱਲੇ ਦਾ ਨਾਮ ਆ ਕਲੂਨੀ ਹੈ ਕਲੂਨੀ ਨਹੀਂ ਮੱਲਾ ਵਾ ਕਲੂਨੀ ਉਹ ਕਲੂਨੀ ਕਹਿੰਦੇ ਹੁਣ ਤਾਂ ਜਦੀਦ ਦੌਰ ਆ ਗਿਆ ਵਾ ਅਤੇ ਮੁੰਡੇ ਕੋਲ ਲੇਬਰ ਵਧਾ ਥੋੜ੍ਹੀ ਜੀ ਹਾਂਜੀ ਲੇਬਰ ਵਧਾ ਥੋੜ੍ਹੀ ਤਿੰਨ ਮੰਜ਼ਿਲਾ ਗੱਡੀ ਤੁਹਾਡੀ ਕਿਉਂ ਵੀ ਲੇਬਰ ਕਾਹਦੀ ਵਧਾਉਣੀ ਆ ਲੱਗੇ ਆ ਉਹਨਾਂ ਨੇ ਦੋਵਾਂ ਨੇ ਕਰ ਦੇਣਾ ਉਹਨਾਂ ਨਾਲ ਮੈਂ ਲੱਗ ਜਾਣਾ ਅਤੇ ਅੰਦਰ ਚੀਜ਼ਾਂ ਚੂਜ਼ਾਂ ਜਿਹੜੀਆਂ ਮੇਰੀਆਂ ਪਈਆਂ ਚੀਜ਼ਾਂ ਤੁਹਾਡੀਆਂ
ਅਤੇ ਸਾਰਾ ਡਰੈਂਗ ਰੂਮ ਵਿੱਚ ਰੱਖਿਆ ਵਾ ਲੋਕ ਕੋਈ ਮਤਲਬ ਦੀ ਟਿਸ਼ੂ ਤਾਂ ਸਵਾ ਸ਼ਾਇ ਹੀ ਨਹੀਂ ਨਿਕਲਦੀ ਅਸੀਂ ਇੱਥੇ ਕੰਮ ਕਰਦੇ ਹਾਂ ਤੁਹਾਡੇ ਕੋਲ ਛਤਰੀ ਵੀ ਨਿਕਲੀ ਆ ਜਿਵੇਂ ਤੂੰ ਗੱਡੀ ਤੋਂ ਬਹੁਤਾ ਪੈਦਲ ਫਿਰਦਾ ਵਿੱਚ ਮੱਛੀ ਵਾਲਾ ਸਮਾਨ ਨਿਕਲਿਆ ਕੁੰਡੀ ਵਾਲਾ ਕਿੱਥੇ ਫਿਰਦਾ ਰਹਿੰਦਾ ਸਰ ਮੈਨੂੰ ਸ਼ਿਕਾਰ ਦਾ ਵੀ ਸ਼ੌਕ ਹੈਗਾ ਨਾ ਮੱਛੀ ਫੜਨ ਜਾਈ ਨਹੀਂ ਵੀ ਸ਼ਿਕਾਰ ਤੇਰਾ ਸ਼ੇਰ ਦਾ ਸ਼ਿਕਾਰ ਹੀ ਬਣਦਾ ਜਿੰਨੀ ਸਿਹਤ ਆ ਤੇ ਨਹੀਂ ਉਹ ਮੱਛੀ ਦਾ ਸੀਜ਼ਨ ਆ ਨਾ ਅੱਜ ਕੱਲ੍ਹ ਕਾਹਦਾ ਇੱਥੋਂ ਫੜਦਾ ਮੈਂ ਆਪਣਾ ਸਾਰੀ ਚੀਜ਼ਾਂ ਰੱਖੀਆਂ ਹੁੰਦੀਆਂ ਨੇ ਬੱਲੇ ਵੀ ਘਰ ਹੈ ਸ਼ੁਕਰ ਆ ਤੂੰ ਕਿਤੇ ਬੈੱਡ ਨੀ ਲਾ ਲਿਆ ਗੱਡੀ ਚ ਮੰਜੀਆਂ ਨਿਕਲਦੀਆਂ ਤੇਰੀ ਗੱਡੀ ਚੋਂ ਇੰਨਾ ਸਮਾਨ ਯਾਰ ਅੰਦਰੋਂ ਨਿਕਲਿਆ ਵਾ ਉਹ ਅਸੀਂ ਫਨਕਾਰ ਆ ਨਾ ਦੇਸ਼ ਪ੍ਰਦੇਸ਼ ਜਾਣਾ ਪੈਂਦਾ ਵਾ ਫਿਰ ਭਾਈ ਹੁਣ ਤੂੰ ਵੀ ਤਾਂ ਕੁਛ ਕਰ ਤੂੰ ਤਾਂ ਮੇਰੇ ਨਾਲ ਗੁਫ਼ਤਗੂ ਹੀ ਕਰੀ ਜਾਂਦਾ ਯਾਰ ਗੁਫ਼ਤਗੂ ਤਾਂ ਮੁਰਾਦ ਇਹ ਆ ਵੀ ਮੈਂ ਇੱਥੇ ਮੈਨੇਜਰ ਹਾਂ ਮੈਂ ਗਾਹਕ ਨੂੰ ਸੈਟਿਸਫਾਈਡ ਕਰਨਾ ਹੁੰਦਾ ਗਾਹਕ ਅੱਲਾ ਦੀ ਰਹਿਮਤ ਹੁੰਦੀ ਆ ਤੁਸੀਂ ਇਹ ਦੱਸੋ ਵੀ ਚਾਹ ਪੀਣੀ ਆ ਜਾਂ ਜੂਸ ਪੀਣਾ ਵਾ ਕਿਹੜੀ ਸ਼ਾਇਦ ਨੂੰ ਦਿਲ ਕਰਦਾ ਜੂਸ ਬਿਹਤਰ ਆ ਹਾਂ ਜਾਂ ਉਹ ਪੀਆ ਉਹ ਘੰਟਾ ਕੁ ਲੱਗ ਜਾਣਾ ਹਜੇ ਸਾਰਾ ਮੈਂ ਕਿੱਥੋਂ ਨਾਲ ਹੀ ਰੇੜੀ ਆ ਤੁਸੀਂ ਤੁਹਾਡੇ ਕਹਿਣ 'ਤੇ ਨਹੀਂ ਦਿੰਦੇ ਨਹੀਂ ਸਾਰੀ ਬਾਤ ਆ ਇਸੇ ਕੰਮ ਜ਼ਿੰਦਗੀ 'ਚ ਕਦੀ ਜੂਸ ਦਾ ਆਰਡਰ ਦਿੱਤਾ ਵੀ ਨਹੀਂ ਤੂੰ ਤਾਂ ਕੋਈ ਚਾਹ ਮੰਗਾਵੇ ਤਾਂ ਉੱਥੇ ਪਿੱਛੇ ਤੁਰ ਪੈਂਦਾ ਵੀ ਕੁਛ ਤਾਂ ਬਚੇਗੀ ਵਿੱਚੋਂ ਚੱਲ ਮੇਰਾ ਭਰਾ ਯਾਰ ਹਿੰਮਤ ਕਰ ਹਿੰਮਤ ਕਰਦੇ ਹਾਂ ਭਾਈ ਅਤੇ ਇਹ ਜਿਹੜੀਆਂ ਚੀਜ਼ਾਂ ਇਹ ਜਿਹੜੀਆਂ ਇਹ ਵੀ ਚਮਕਣ ਗਈਆਂ ਭਾਈ ਇਹ ਤਾਂ ਪਾਲਿਸ਼ ਹੋਏਗੀ ਕਿਹੜੀ ਤਾਂ ਕੋਟ ਹੋਏਗਾ ਪਾਲਿਸ਼ ਦਾ ਸਰਾਮਿਕਸ ਕੋਟ ਹੋਏਗਾ ਕੋਟ ਕਿਹੜਾ ਚੈੱਕਦਾਰ ਜਾਂ ਸਾਦਾ ਜਾਂ ਲਾਈਨਾਂ ਵਾਲਾ ਕਿਹੜਾ ਮਲੀਮੇ 'ਤੇ ਜਾਣਾ ਮੈਂ ਤੈਨੂੰ ਮੈਂ ਲਾਈਨਿੰਗ ਵਾਲਾ ਕੋਟ ਦੇਵਾਂ ਇੱਥੇ ਦੀ ਗੱਲ ਕਰਦਾ ਵੀਰੇ ਇੱਥੇ ਕੋਟ ਹੋਣਾ ਵਾ ਜਿਵੇਂ ਰੰਗ ਵਾਲੇ ਨਹੀਂ ਘਰ ਕਹਿੰਦੇ ਭਾਵੇਂ 2 ਕੋਟ ਰਹਿ ਗਏ ਆ ਤਾਂ ਮੈਂ ਕਮਰਾ ਫਾਰਗ ਕਰ ਦੇਣਾ ਅਤੇ ਤੂੰ ਇੱਥੇ ਡਬਲ ਕੋਟ ਕਰੇਗਾ ਇੱਥੇ ਡਬਲ ਕੋਟ ਕਰਾਂਗੇ ਇਹਦੀ ਆਪਣੀ ਸ਼ਾਈਨਿੰਗ ਨੈਚੁਰਲ ਆ ਜਾਏਗੀ ਜਿਹੜੀ ਅੱਗੇ ਆ ਫਿਰ ਆ ਜਿਹੜਾ ਸ਼ੀਸ਼ਾ ਵਾ ਸ਼ੀਸ਼ੇ 'ਤੇ ਅਸੀਂ ਸਕਰੈਚਿੰਗ ਜਿਹੜੀ ਆ ਸਾਰੀ ਹੋਈ ਹੈ ਇਹ ਖਤਮ ਹੋਈ ਯਾਰ ਕਿੱਥੇ ਹੋਈ ਯਾਰ ਭਾਈ ਤੁਹਾਨੂੰ ਨਹੀਂ ਨਜ਼ਰ ਆਉਂਦੀ ਹੁੰਦੀ ਸਾਨੂੰ ਅਸੀਂ ਕਾਰੀਗਰ ਹਾਂ ਐਵੇਂ ਨਹੀਂ ਮੈਨੂੰ ਇੱਥੇ 3 ਮਹੀਨੇ ਹੋ ਗਏ ਐਵੇਂ ਨਹੀਂ ਗਾਲੇ ਅਸੀਂ ਬੜਾ ਅਰਸਾ ਹੋ ਗਿਆ ਯਾਰ ਤੁਹਾਨੂੰ ਤਾਂ ਜ਼ਾਹਰੀ ਬਾਤ ਆ ਆਪਣੀ ਆਬਜ਼ਰਵੇਸ਼ਨ ਆ ਨਾ ਮੈਂ 3 ਮਹੀਨਿਆਂ 'ਚ ਇੰਨਾ ਕੰਮ ਸਿੱਖ ਗਿਆ ਬਿਲਕੁਲ ਇਹਦੇ 'ਤੇ ਸ਼ੀਸ਼ੇ 'ਤੇ ਸ਼ਾਈਨਿੰਗ ਆਏਗੀ ਅਗਰ ਕਹੋ ਤਾਂ ਇੱਥੇ ਪੇਪਰ ਵੀ ਲਾ ਦਾਂਗੇ ਅਸੀਂ ਨਹੀਂ ਪੇਪਰ ਨਹੀਂ ਲੱਗਣ ਦਿੰਦੇ ਉੱਥੇ ਅਗਲੇ ਫੜ ਲੈਂਦੇ ਉਹ ਕਹਿੰਦੇ ਪੇਪਰ ਲਾਓ ਤੇ ਨਹੀਂ ਪਤਾ ਬਲੈਕ ਲਾ ਕਾਨੂੰਨੀਅਤ ਆ ਭਾਈ ਉਹ ਲਾ ਕਾਨੂੰਨੀਅਤ ਆ ਤੂੰ ਕੀ ਫੈਰਿੰਗ ਕਰਨ ਲੱਗਾ ਨਹੀਂ ਲਾਉਣ ਦਿੰਦੇ ਬਲੈਕ ਨਾ ਬਲੈਕ ਨਹੀਂ ਅਸੀਂ ਹੋਰ ਕਲਰ ਵੀ ਹੈਗੇ ਸਾਡੇ ਕੋਲ ਹੋਰ ਕਿਹੜੇ ਕਲਰ ਹੈਗੇ ਸਬਜ਼ ਹੈਗੇ ਆ ਪਿੰਕ ਹੈਗਾ ਵਾ ਗੁਲਾਬੀ ਆ ਗੱਡੀਆਂ ਸਾਫ ਕਰਦਾ ਜਾਂ ਕਲਾਥ ਹਾਊਸ ਆ ਤੇਰਾ ਕੱਪੜੇ ਵੀ ਤੂੰ ਇੱਕ ਫਲਾਣਾ ਕਲਰ ਆ ਭਾਜੀ ਸਾਨੂੰ ਤਾਂ ਜੋ ਤੁਸੀਂ ਡਿਮਾਂਡ ਕਰਨੀ ਉਹਦੇ ਅੱਛਾ ਇਹ ਕੀ ਹੁੰਦਾ ਜਿਹੜਾ ਉੱਤੇ ਪੇਪਰ ਲਾ ਦਿੰਦੇ ਹੋਰ ਕਲਰ ਦਾ ਗੱਡੀ ਥੱਲੇ ਸੇਫ ਹੋ ਜਾਂਦੀ ਉਹ ਕਿਹੜੇ ਆ ਉਹ ਵੀ ਪੇਪਰ ਹੈਗਾ ਸੜਕ ਉਹਦਾ ਇਹ ਹੁੰਦਾ ਵੀ ਤੁਹਾਡੀ ਗੱਡੀ ਕਿਤੇ ਮਾੜਾ ਮੋਟਾ ਸਕਰੈਚ ਜਾਂ ਕੋਈ ਮੋਟਰਸਾਈਕਲ ਬਾਡੀ ਲੱਗ ਜਾਂਦੀ ਆ ਉਹ ਗੱਡੀ ਨੂੰ ਨਹੀਂ ਕੁਛ ਹੋਏਗਾ ਮੈਨੂੰ ਹੋਏਗਾ ਹਾਂਜੀ ਮੈਨੂੰ ਹੋਏਗਾ ਅੱਲਾ ਕਰੇ ਕੋਈ ਮਸਲਾ ਨਹੀਂ ਅਤੇ ਇਹ ਵੀ ਆ ਬੋਨਟ ਵੀ ਚੁੱਕੋ ਬੋਨਟ ਜਿਹੜਾ ਨਾ ਇਹ ਜਿਹੜਾ ਇਹ ਸ਼ੁਰੂ ਕਰਤਾ ਮੁੰਡੇ ਨੇ ਕੰਮ ਹੈ ਇਹ ਪਹਿਲੇ ਇਹ ਕਰੇਗਾ ਨਾ ਇਹਦਾ ਇੱਕ ਕੋਟ ਲਾਏਗਾ ਜਿਹੜੇ ਮਾੜੇ ਮੋਟੇ ਸਕਰੈਚ ਆ ਨਾ ਹਾਂ ਹਾਂ ਇਹ ਇਹਦੇ ਨਾਲ ਰਫ ਹੋ ਜਾਣੇ ਅੱਛਾ ਜੀ ਹਾਂਜੀ ਇਹ ਰੰਗ ਹੀ ਨਾਲ ਅਸੀਂ ਆ ਮੇਰੀ ਗੱਡੀ ਦਾ ਨਹੀਂ ਨਹੀਂ ਰੰਗ ਓਰੀਜਨਲ ਰੰਗ ਨੂੰ ਨਹੀਂ ਕੋਈ ਸ਼ਾਇਰ ਕੋਈ ਫਰਕ ਨਹੀਂ ਪੈਂਦਾ ਆ ਉੱਤੇ ਕੁਛ ਚੀਜ਼ ਲਾਈ ਆ ਜਿਹੜੀ ਹਾਂਜੀ ਕੰਪਾਊਂਡ ਇਹ ਹੀ ਕੰਪਾਊਂਡ ਹੁੰਦਾ ਵਾ ਹੋਰ ਉੱਤੇ ਕੀ ਲਾਤਾ ਅਸੀਂ ਇਹਨੇ ਜਿਹੜਾ ਵਾ ਇਹਨੇ ਸਫਾਈ ਕਰਨੀ ਆ ਅਤੇ ਜਿਹੜਾ ਮਿੱਟੀ ਮੁੱਟੀ ਆ ਨਾ ਇਹਨੇ ਚੁੱਕ ਦੇਣੀ ਆ ਉੱਤੋਂ ਇਹ ਹੁਣ ਮਿੱਟੀ ਹੈਗੀ ਇਹਦੇ ਉੱਤੇ ਵੈਸੇ ਨਹੀਂ ਲਾਤੀ ਹੈਗੀ ਆ ਤਾਂ ਮੈਂ ਅੱਧਾ ਪੀਸ ਕਰਕੇ ਤਾਂ ਮੇਰਾ ਖਿਆਲ ਤੂੰ ਸਿਰਫ ਗੁਫ਼ਤਗੂ ਕਰਦਾ ਕੰਮ ਉਹ ਹੀ ਕਰਦੇ ਆ ਮੈਂ ਭਾਈ ਤੁਹਾਨੂੰ ਅੱਗੇ ਦੱਸਿਆ ਵੀ ਮੈਂ ਵੀ ਲੱਗ ਜਾਵਾਂ ਅਗਰ ਜਿੱਥੇ ਕੰਮ ਫਸ ਗਿਆ ਨਾ ਇਹਨਾਂ ਕੋਲ ਨਾ ਹੋਇਆ ਫਿਰ ਇਹਨਾਂ ਨੇ ਮੈਨੂੰ ਆਵਾਜ਼ ਦੇਣੀ ਵੀ ਉਸਤਾਦ ਗੋਗੇ ਤੂੰ ਆ ਅਤੇ ਜਿੱਥੇ ਤੂੰ ਫਸ ਗਿਆ ਨਾ ਅਤੇ ਤੇਰੀ ਆਵਾਜ਼ ਵੀ ਨਹੀਂ ਨਿਕਲਣੀ ਮੈਂ ਕਿੱਥੇ ਫਸ ਜਾਣਾ ਪੁਲਿਸ ਪੈ ਜਾਣੀ ਮੈਨੂੰ ਚਲੋ ਮਿਹਰਬਾਨੀ ਤੁਹਾਡੀ ਆ ਇਹਦਾ ਬੋਨਟ ਵੀ ਅੰਦਰੋਂ ਸਾਫ਼ ਕਰਨਾ ਸਾਰਾ ਹਾਂਜੀ ਸੀਟਾਂ ਬਾਹਰ ਕੱਢ ਕੇ ਅਤੇ ਪੋਲਿਸ਼ ਕਰਨੀਆਂ ਸਾਰੀਆਂ ਵਾਜ਼ ਜਾਂ ਅੰਦਰ ਹੀ ਹੋ ਜਾਣਗੀਆਂ ਨਹੀਂ ਨਹੀਂ ਬਾਹਰ ਵੀ ਕੱਢ ਲਈਦੀਆਂ ਲੇਕਿਨ ਉਹ ਅੰਦਰ ਹੀ ਹੋ ਜਾਣੀ ਆ ਆਵਾਜ਼ ਸਾਰੀ ਤੁਸੀਂ ਭਾਅ ਜੀ ਅੰਦਰ ਵੜ ਕੇ ਨਾ ਇਹਦਾ ਬੋਨਟ ਦੇਖੋ ਹੈਂਜੀ ਇੱਧਰੋਂ ਵੀ ਚਲੇ ਜਾਓ ਉਹ ਕੰਮ ਕਰ ਰਿਹਾ ਮੁੰਡਾ ਉਹ ਭਾਈ ਇੱਥੋਂ ਖੋਲ੍ਹੀ ਦੀ ਆ ਚੂਹਾ ਮੈਂ ਅੰਦਰੋਂ ਦੀ ਚੱਲ ਜਾਂ ਇਹ ਤਾਂ ਕਿੰਨੇ ਸਾਲ ਹੋ ਗਏ ਤੈਨੂੰ ਕੰਮ ਕਰਦਾ ਤੂੰ ਇੱਧਰੋਂ ਦੀ ਜਾ ਹੀ ਨਹੀਂ ਸਕਦਾ ਸਾਲ ਨਹੀਂ ਭਾਈ ਮੈਨੂੰ ਥੋੜ੍ਹਾ ਹੀ ਚਿਰ ਹੋਇਆ ਵਾ ਬਸ ਮੈਂ ਜ਼ਿਆਦਾ ਟੈਕਨੀਕਲ ਕੰਮ ਨਾ ਮੈਂ ਪੜ੍ਹਿਆ ਵਾ ਪੜ੍ਹ ਕੇ ਫਿਰ ਮੈਂ ਇੱਥੇ ਆ ਗਿਆ ਚਲੋ ਦੇਖ ਲਓ ਹੁਣ ਤੁਹਾਡੀ ਮਿਹਰਬਾਨੀ ਤੁਹਾਡੇ ਹਵਾਲੇ ਹੀ ਆ ਗੱਡੀ ਤੁਸੀਂ ਭਾਅ ਜੀ ਇਹਨੂੰ ਫਿਰ ਕਰੋ
मैं उत्थे मियां साहब को चाह पी रहा वहाँ तो मैं घंटे बाद आ जाएगा हो जाएगी भाजी कम से कम ना हाँ कम से कम मैं मुंडिया नू दबका के कह ना भी तीन दिन तो लगने ही लगने ये तीन दिन बाद गड्डी लै जाना तीन दिन बाद मैं गड्डी लैके जानी तू झूठदा फिर जिधर मर्जी नहीं नहीं झूठदा नहीं फिर एक दिन इन्होंने लाना वो भीरे मैं तो ब्याह से जाना कल हाफ पीस लाया वा बोनट का जरा चेक करो है जरा हाँ जी हाँ ठीक है लेकिन बेच खड़बड़ है वा आ वेखो हाँ जी हाँ वेखो है थोड़ा जहा ना फाइन कितने खड़बड़ है वा ताडे हाथ खड़बड़ है मैं करना यार मैं ब्याह ते जाना भाई तो उतो किराए की गड्डी लै ला ब्याह ते जाना मैं ते जरूर इतने जाना उतो सगो घट तेल लगूगा लो मैं ब्याह ते मतलब किराए ते लै जां अपनी खड़ी कर जावां हां ते कर जा जदों फाइनल हो जी तैनूं फोन कर दांगे ओ फाइनल भी आ भाई उत्थे फाइनल ही आ तू जिहड़ा हैगा ओ ना हाथ मार के ला यार उधरों भी ला परला पासा भी ला आई दी साइड ला ला या बोनट पहले ला ला मैं इत्थे तीन दिन गड्डी छड्ड जावां तू अपनी मासी वाल हो आवे कभी कित जावे कभी कित जावे मासी मेरी दाखला मासी हस्पताल में वो की लैन जाना गड्डी का तुम कम देना वा एक तुम कहने जी सू मियाँ साहब ने भेजे जी हाँ तो फिर असं कम तसली ना ही करा ना नहीं तसली ना कह भाई तसली ना करो मैनू लेकिन दो हूने ही गड्डी भाई दो तीन दिन लग जाने तुम इंज करो यार मैं पहले तो भी दो तीन दिन लगते मैं खिलारा ही ना गड्डी इतने यार इतने मियाँ शरोत साहब का प्लाजा है दो तीन दिन के गड्डी के टांके खुलने दो तीन दिन बाद मिलनी है जी ये हजे चल नहीं सकती फिर नहीं सकती यार तेनू पहला नहीं तो पूछा किसी को गड्डी देन लगे भी इन्ना ही टाइम लगता साढ़े उदो मैं फोन किया उन्हें कहा जी आ जाओ बिस्मिल्ला उस वेले कर देंगे भाई उससे तसली ना काम करते हैं देख लो तुम उत लेकिन भाई मैं गड्डी दे जावा मेरी ये तसली नहीं मियाँ शरोत साहब को कमरा लै लो दो तीन दिन इतने रवो उत्ते बहुत अच्छे यानी कि मैं घर फोन कर दिया भी मेरी गड्डी का काम हो रहा मैं तीन दिन इतें ही हाँ हाँ तो लै लो इतने बुकिंग कराओ अपनी बड़ी हद कोई 10-20 हज़ार रुपया लग जाएगा तिना दिन का तो भाई जिनी को होई इन्नी बड़ी है बस बिच समान रख मेरा मैं नहीं लैनी नहीं नहीं भाई इंज नहीं होंगे असं एक एक शह क्ढी है बहर अजे तो फर्श कर एक शह रख बिच एक एक शह चन्ना लभ के रख बिच गाना ना पुट्ठा करी जा अजे तो भा हाँ आ सारी अंदरों फर्श करना वा सीटा करनिया वा सारा रहा हाफ इन्ना इन्ना हिस्सा जड़ा ना उत्ते पहले मर मैं दस भी तीन दिन लगने इनू गड्डी नू यार घर फोन कर दे भा ले आहा ब्याह कह दिन अगे पा दिन तू भी घर फोन कर दे भी तीन दिन गड्डी मेरे को ही आ कित कित जाना तो तैयार हो जाओ बचियो चलने नहीं तुम ब्याह माड़ा जहा फोन कर दू कह दिन अगे रख लो कुड़ी ने यार खुदा का कल ब्याह तो मैं उन्होंने दिन कह दिया अगे रख लो तो की एमरजेंसिया होंगे ने तू कह मेरा अब्बा मर गया मैं दिन अगे पा दो वो होर गड्डी खड़ी है उसकी चाबी दे दे मैनू इदा नहीं होंदा बो कड़ा रेंट दूसरिया लोगों दी गड्डियां होंदियां वा उन्होंने हिसाब ना अभी तुम कहती चाबी इधर हो जाए माड़ा जहा पा इधर है डाकी ना मार भी रे मेरे सामने तू मूँह तो मारी आ उ गड्डी से मारी जाना वो पा जो पसीना पसीना आता मिट्टी लगती है माड़ा मोटा मार ही लई दा भाई साफ हैगी सीना पसीना गड्डी ना कर तू ये ना क्रैश पैने तेरे मूँह तो तू तीन दिन का टाइम दे जाना चल शाम तक कर दे मैं इतें ही हाँ चांस नहीं है वैसे तुम शाम तक ना फोन कर लियो मैं पूछ लियो कि मैं कितने हाँ मेरी तबीयत ठीक आ घर बार बच्चे हाल हवा यानी कि शाम को तेन पूछना भी तू गड्डी लेके किधर गया है गड्डिया मेरे को अपनी मोटरसाइकिल हैगी है मैं वैसे ही नहीं जाता किसी पास गड्डी गुड्डी लै मैं तो कहना वा शुक्र है तू कि गर्मिया नहीं आ गया बिचों फ्रिज निकलनी सी बर्फ के कौले निकलने से हैं बिच ठंडिया छावा शरबत नॉरस मेरे वड्डी गड्डी है समान रखी दा हुंदा नहीं नहीं माशाल्लाह गड्डी तो वड्डी है तू पता की कर हाँ आ पिछला हिस्सा ना किराए ते दे दे बहुत तू छोटी जी फैमिली लभ के ना जद को दो मंजिया हो थोड़े जे भांडे हो एक चुल्हा होवे ते आराम नाल उन्हां नूं नाल लई फिर उन्हां को अद्धा किराया लै लिया महीने का ना गैस का एक सिलंडर रख दे उहदे विच नहीं वड्डी गड्डी है किया स्पोर्टर जाए यार मैं तां भी वड्डी गड्डी है यार कोई रौला ही कोई नहीं गा तेरी ऐड दे दें भी किराए के लिए डिग्गी खाली है
ਤੇ ਤੂੰ 3 ਦਿਨ ਬਾਅਦ ਕੱਲ ਹੀ ਮੈਨੂੰ ਦੇ ਰਿਹਾ ਯਾਰ ਚੱਲ ਜਿਹੜਾ ਮੂੰਹ ਜਿਹੜੀ ਜਿੰਨੀ ਕੁ ਗੱਡੀ ਤਿਆਰ ਹੁੰਦੀ ਨਾ ਉਨੀ ਕੁ ਤਾਂ ਦੇ ਨਾ ਮੈਨੂੰ ਹੁਣ ਮੈਂ ਕੱਲ੍ਹ ਕਿੱਦਾਂ ਜਾਵਾਂਗਾ ਵਿਆਹ 'ਤੇ ਯਾਰ ਅੱਗੇ ਕਿੱਦਾਂ ਅੱਗੇ ਕਿਹੜਾ ਤੁਸੀਂ ਕਿਸੇ ਨੂੰ ਨੇਂਦਰਾ ਪਾਉਂਦੇ ਹੋ ਜਿਹੜੀ ਤੁਹਾਡੀ ਅਫਸੋਸ ਹੋਣਾ ਕਿਸੇ ਨੂੰ ਤੁਸੀਂ ਚੌਲ ਚੂਲ ਖਾ ਕੇ ਹੀ ਆ ਜਾਣਾ ਮੈਨੂੰ ਪਤਾ ਹੁੰਦਾ ਮੈਂ ਫਿਰ ਖਿਲਾਰਦਾ ਹੀ ਨਾ ਮੈਂ ਵਿਆਹ ਤੋਂ ਬਾਅਦ ਦੇ ਦਿੰਦਾ ਉਹਨਾਂ ਨੂੰ ਕਹਿ ਦੇ ਵੀ ਯਾਰ ਮੇਰੀ ਤਬੀਅਤ ਨਹੀਂ ਠੀਕ ਹੈਗੀ ਮੇਰੇ ਸਟੈਂਡ ਪਏ ਉਹਨਾਂ ਨੂੰ ਇਹ ਕਹਿ ਦੇ ਮਾੜਾ ਜਿਹਾ ਬਹਾਨਾ ਲਾ ਦੇ ਤਾਂ ਦਿਲ 'ਚ ਸਟੈਂਡ ਪਏ ਆ ਮੇਰੇ ਮੈਂ ਨਹੀਂ ਆ ਸਕਦਾ ਤੇਰੇ 'ਤੇ ਵੈਸੇ ਹੀ ਸਟੰਡ ਹੋਇਆ ਬਿਲਕੁਲ ਹੀ ਯਾਰ ਮਾੜਾ ਜਿਹਾ ਬਹਾਨਾ ਹੀ ਲਾਉਣਾ ਨਾ ਤੂੰ ਕਹਿ ਦੇ ਉਹਨਾਂ ਨੂੰ ਐਵੇਂ ਬਹਾਨਾ ਲਾਉਣਾ ਅਗਲੇ ਸਾਰੇ ਜਾਨ ਛੱਡ ਕੇ ਮੇਰਾ ਪਤਾ ਲੈਣ ਆ ਜਾਣ ਉਹਨਾਂ ਨੂੰ ਕਹਿ ਦੇ ਤੂੰ ਕਹਿ ਯਾਰ ਮੈਂ ਨਹੀਂ ਆ ਸਕਦਾ ਮੇਰੀ ਤਬੀਅਤ ਠੀਕ ਮੇਰੀ ਬੁੱਢੀ ਨੇ ਚੰਡਾਂ ਮਾਰੀਆਂ ਮੇਰੇ ਤੂੰ ਮਾੜਾ ਜਿਹਾ ਬਹਾਨਾ ਲਾ ਦੇ ਕੋਈ ਹਲਕਾ ਫੁਲਕਾ ਇਹ ਕਿਹੜਾ ਬਹਾਨਾ ਕੋਈ ਲਾ ਦੇ ਕੋਈ ਇਹ ਤਾਂ ਕੋਈ ਬਹਾਨਾ ਨਹੀਂ ਆ ਵਿਆਹ ਮੁੰਡੇ ਲੱਗੇ ਨੇ ਸਾਜ ਜੀ ਉਹਨਾਂ ਨਾਲ ਗੱਲ ਕਰਨੀ ਤੂੰ ਤਾਂ ਫਜ਼ੂਲ ਆਦਮੀ ਹੈ ਭਾਅ ਜੀ ਇਹ ਕਿੰਨੀ ਕੁ ਦੇਰ 'ਚ ਹੋ ਜਾਏਗਾ 3 ਤੋਂ 4 ਘੰਟੇ ਲੱਗ ਜਾਣਗੇ ਹੈਲੋ ਉਹ 3 ਤੋਂ 4 ਘੰਟੇ ਕਹੀ ਜਾਂਦਾ ਤੂੰ 3 ਦਿਨ ਕਾਹਦੇ ਲਈ ਕਹੀ ਜਾਂਦਾ ਯਾਰ ਓਏ ਹੈਲੋ ਆਰਾਮ ਨਾਲ ਸਕੂਨ ਨਾਲ ਨਹੀਂ ਤੇਰੀ ਨੀਅਤ 'ਚ ਫਰਕ ਲੱਗਦਾ 3 ਦਿਨ ਤੋਂ ਮੁਰਾਦ ਇਹ ਆ ਵੀ ਉਹ 3 ਦਿਨ ਗੰਗਾ ਰਾਮ ਦਾਖਲ ਆ ਗੱਡੀ ਮੇਰੀ 3 ਦਿਨ ਇੱਥੇ ਰਹਿਣੀ ਉਹ ਗੱਡੀ ਦੇ ਮੁਰਾਦ ਮੈਂ ਫਾਈਨਲ ਕੋਡ ਕਿੰਨੇ ਲਾਉਣਾ ਮੈਂ ਲਾਉਣਾ ਵਾ ਉਹ ਫਾਈਨਲ ਕੋਡ ਕੀ ਤੂੰ ਲੈ ਕੇ ਸ਼ਾਹ ਕੋਡ ਚਲਾ ਜਾਵੇਂ ਤੂੰ ਫਾਈਨਲ ਕੋਡ ਲਾਉਂਦੇ ਆ ਉਹ ਸਾਧ ਕਹਿ ਰਿਹਾ 3 ਦਿਨ 'ਚ ਤੂੰ ਉਹ 3 ਘੰਟੇ ਯਾਰ ਉਹਨਾਂ ਦਾ 3-4 ਘੰਟੇ ਦਾ ਉਹਨਾਂ ਦਾ ਕੰਮ 4 ਘੰਟੇ ਦਾ ਹੀ ਆ ਹਾਂ ਬਕਾਇਆ ਢਾਈ ਕੀ ਕੰਮ ਤੇਰਾ ਬਕਾਇਆ ਢਾਈ ਦੇ ਇਹਨਾਂ ਨੂੰ ਮੈਂ ਲੁੱਕ ਆਫਟਰ ਕਰਨਾ ਗੱਡੀ ਨੂੰ ਅੰਦਰੋਂ ਸਫਾਈ ਦੇਖਣੀ ਆ ਸਕਰੈਚ ਦੇਖਣੇ ਆ ਜਿੰਨੀ ਦੇਰ ਮੈਂ ਨਹੀਂ ਨਾ ਇਹਨੂੰ ਫਾਈਨਲ ਕੀਤਾ ਤਾਂ ਗੱਡੀ ਨਹੀਂ ਮਿਲਣੀ ਤੈਨੂੰ ਕਿਉਂ ਇਹ ਫਾਈਨਲ ਕਰਦੇ ਆ ਹਾਂਜੀ ਫਾਈਨਲ ਆਏਗਾ ਐ ਵੇਖ ਮਾਂ ਬਾਪ ਨੇ ਫਾਈਨਲ ਬੱਚਾ ਜੰਮਿਆ ਦੇਖੋ ਯਕੀਨ ਕਰੋ ਸਾਜੀ ਉਹ ਵੇਖੋ ਉਹ ਸਹੀ ਕਾਰੀਗਰ ਲੱਗਦਾ ਉਹਨਾਂ ਦੀ ਨਜ਼ਰ ਕਮਜ਼ੋਰ ਹੋ ਗਈ ਕੰਮ ਕਰ ਕਰਕੇ ਵਿਚਾਰਾ ਤੂੰ ਸਿਰਫ ਗੱਲਾਂ ਹੀ ਕਰਨ ਜੋ ਉਹ ਤੇ ਬਚਪਨ 'ਚ ਐਨਕ ਲੱਗੀ ਆ ਕੰਮ ਕਰਕੇ ਨਹੀਂ ਹੋਈ ਬਾਅਦ 'ਚ ਲੱਗੀ ਆ ਬਾਅਦ 'ਚ 5 ਸਾਲ ਦੇ ਸੀ ਜਦੋਂ ਉਦੋਂ ਲੱਗੀ ਸਾਜੀ ਕੋਈ ਡੇਟ ਨਹੀਂ ਯਾਦ ਉੱਡ ਕੇ ਲੱਗੀ ਆ 28 ਜੁਲਾਈ 1984 'ਚ ਲੱਗੀ ਸੀ 84 'ਚ ਬੜਾ ਵੀ ਵਰਲਡ ਕੱਪ ਜਿੱਤਿਆ ਤੈਨੂੰ ਡੇਟ ਵੀ ਯਾਦ ਹੈ ਐਨਕਾਂ ਦੀ ਅੱਜ ਇਹਨਾਂ ਨੂੰ ਕਰੋ ਮੀਆਂ ਸਾਹਿਬ ਨੇ ਕਿਹਾ ਸ਼ਰੂਰ ਸਾਹਿਬ ਨੇ ਜਿਹੜਾ ਕੰਮ ਅੱਛਾ ਕਰਨਾ ਵਾ ਇਹ ਕੁਛ ਨਹੀਂ ਕੰਮ ਕਰਦਾ ਸਿਰਫ ਬਕਵਾਸ ਕਰਦਾ ਜੀ ਹੈਲੋ ਅੱਛਾ ਯਾਰੀ ਕਿ ਤੁਹਾਨੂੰ ਲੁੱਕ ਆਫਟਰ ਇਹੀ ਕਰ ਰਿਹਾ ਸਾਰਾ ਕੰਮ ਇਹੀ ਫੜਦਾ ਬਾਅਦ 'ਚ ਲੋਕ ਤੁਹਾਨੂੰ ਫੜੀ ਫਿਰਦੇ ਲਚਾਮ ਕਹਿ ਰਿਹਾ ਕ੍ਰੈਸ਼ ਹੀ ਹੋਣਾ ਸਹੀ ਦੱਸੀ ਕੌਣ ਤੁਸੀਂ ਉਹ ਹੋਣਗੇ ਕ੍ਰੈਸ਼ ਤੁਸੀਂ ਡੋਗਰ ਵੀ ਨਹੀਂ ਲੱਗ ਰਹੇ ਭਾਅ ਜੀ ਚਲੋ ਲੱਗਣ ਦੇ ਨਾ ਲੱਗਣ ਦੇ ਤੁਹਾਨੂੰ ਤੁਸੀਂ ਕੰਮ ਕਰਾਉਣਾ ਵਾ ਨਹੀਂ ਆਪਣਾ ਸਹੀ ਦੱਸਣਾ ਚਾਹੀਦਾ ਇਹਦੇ 'ਚ ਲੁਕਾਉਣ ਵਾਲੀ ਕਿਹੜੀ ਗੱਲ ਨਹੀਂ ਤੂੰ ਕਿਹੜਾ ਸਾਡੀ FRC ਬਣਾਉਣੀ ਆ ਵੀ ਤੈਨੂੰ ਕੀ ਅਸੀਂ ਜੋ ਮਰਜ਼ੀ ਹੋਈਏ ਨਹੀਂ ਅਸੀਂ ਵੀ ਤੁਸੀਂ ਹਾਂ ਕੋਈ ਮਸਲਾ ਨਹੀਂ ਤੁਸੀਂ ਵੀ ਜੱਟ ਮੈਂ ਕਈ ਮਾਰਤੀ ਤੇਰੇ ਮੂੰਹ 'ਤੇ ਜੱਟ ਹਾਂ ਮੈਂ ਇਹ ਦੇਖੋ ਇਹ ਕੰਮ ਹੋ ਰਿਹਾ ਮੈਂ ਪਿੱਛੇ ਸੌਂ ਜਾਵਾਂ ਉਨੀ ਦੇਰ ਗੱਡੀ 'ਚ ਹੈਂ ਤੁਸੀਂ ਕੰਮ ਕੁੰਮ ਕਰੋ ਉਹ ਨਹੀਂ ਸੌਂ ਜਾ ਕੇ ਰਾਤ ਲਾ ਕੇ ਇੱਥੇ ਬਾਹਰ ਬਹੋ ਜਾ ਕੇ ਕੁਰਸੀ 'ਤੇ ਬਹਿ ਉੱਥੇ ਦਫ਼ਤਰ ਚੱਲ ਜਾ ਭਾਅ ਜੀ ਅਗਰ ਸਹੀ ਕੰਮ ਕਰੋਗੇ ਨਾ ਮੈਂ ਇਨਸ਼ਾਅੱਲਾ ਤੁਹਾਨੂੰ ਇਨਾਮ ਕਨਾਮ ਵੀ ਦਿਆਂਗਾ ਔਰ ਇਹਨੂੰ ਮੈਂ ਬਦਦੁਆਵਾਂ ਹੀ ਦਿਆਂਗਾ ਨਹੀਂ ਆਹੋ ਇਹਦੇ ਉੱਤੇ ਹੁਣ ਹੋਰ ਕੁਛ ਲੱਗਣਾ ਜਾਂ ਨਹੀਂ ਅਜੇ ਤਾਂ ਅੱਜ ਤਾਂ ਪਾਲਿਸ਼ ਲੱਗਣੀ ਆ ਪਾਲਿਸ਼ ਤੋਂ ਬਾਅਦ ਫਿਰ ਇੱਥੇ ਕੋਟ ਫਿਰਨਾ ਵਾ ਫਿਰ ਇਹ ਵੀ ਖਤਮ ਹੋ ਜਾਣਗੇ ਆ ਜਿਹੜੇ ਖਤਮ ਹੋ ਜਾਣਗੇ ਚਲੋ ਫਿਰ ਮੈਂ ਉਹ ਸਮਾਨ ਮੇਰਾ ਗਿਣ ਲਵੋ ਜਿਹੜਾ ਪਿਆ ਸਾਰਾ ਯਾਰ ਸਮਾਨ ਤੇਰੇ ਪੂਰਾ ਟਰੱਕ ਦਾ ਸਮਾਨ ਆ ਅਸੀਂ ਕਿੱਥੇ ਗਿਣਤੀ ਕਰ ਲਈ ਉਹਦੀ ਤੇ ਲਿਸਟ ਬਣਨ ਡਈ ਆ ਪੂਰੀ ਨਹੀਂ ਉਹ ਸਮਾਨ ਲਿਖ ਕੇ ਨਾ ਤਾਂ ਮੈਨੂੰ ਪਰਚੀ ਦੇ ਦੇ ਉਹਦੀ ਤੇਰੀ ਇੰਨੀਆਂ ਸਾਰੀਆਂ ਤੇ ਤੂੰ ਮੈਡੀਸਨ ਰੱਖੀਆਂ ਵਾ ਤੈਨੂੰ ਕੋਈ ਮਸਲਾ ਵਾ ਤੈਨੂੰ ਕੋਈ ਦਿਲ ਨਹੀਂ ਮੈਡੀਕਲ ਰੈਪ ਵੀ ਆ ਨਾ ਮੈਂ ਉਹ ਸਮਾਨ ਗਿਣ ਮੇਰਾ ਆਹ ਦੇਖ ਲਓ ਇਹ ਬਾਅਦ 'ਚ ਮੈਨੂੰ ਇੱਦਾਂ ਹੀ ਮਿਲੇ ਭਾਈ ਭਾਈ ਇਹ ਤੁਹਾਡਾ ਸਮਾਨ ਪਿਆ ਸਾਰਾ ਹੈ ਅੱਛਾ ਇਹ ਬੈਗ ਆ ਇਹ ਸਾਰਾ ਕੁਛ ਕੁਛ ਇੱਧਰ ਪਿਆ ਵਾ ਭਾਈ ਤੂੰ ਤਾਂ ਸਾਡੀ ਦੁਕਾਨ ਹੀ ਭਰਤੀ ਅੱਲਾ ਖੈਰ ਕਰੇ ਇੰਨਾ ਸਮਾਨ ਤਾਂ ਸਾਡਾ ਨਹੀਂ ਗਾ ਜਿੰਨਾ ਤੇਰਾ ਗੱਡੀ 'ਚੋਂ ਨਿਕਲਿਆ ਨਹੀਂ ਤਾਂ ਮੇਰੇ ਸਮਾਨ ਨਾਲ ਦੁਕਾਨ ਭਰੀ ਭਰੀ ਤਾਂ ਲੱਗਦੀ ਹੈ ਨਾ ਇਹ ਭਰੀ ਭਰੀ ਨਹੀਂ ਲੱਗਣੀ ਚੁੱਕੋ ਅਤੇ ਰੱਖੋ ਆਪਣੀ ਡਿੱਗੀ ਡੁੱਗੀ 'ਚ ਆਹਦੇ ਤੂੰ ਸਾਰਾ ਸਾਰੇ ਇੱਕ ਕਨਾਲ ਦਾ ਸਮਾਨ ਲਾਇਆ ਨਾਲ ਹੀ ਲਈ ਫਿਰਦਾ ਵਾ ਤੂੰ ਤਾਂ ਐਂ ਸਲਾਬ ਦਾ ਦੁਕਾਨ ਗੱਦੇ ਨਿਕਲਣ ਡੇ ਰਜ਼ਾਈਆਂ ਵਿੱਚੋਂ ਨਿਕਲਣ ਡਈਆਂ ਵਾ ਚਾਦਰਾਂ ਨਿਕਲਣ ਡਈਆਂ ਵਿੱਚੋਂ ਯਾਰ ਇੰਨਾ ਕੋਈ ਵੀ ਬੰਦਾ ਨਾ ਸਮਾਨ ਆਪਣੀ ਗੱਡੀ 'ਚ ਕੋਈ ਨਹੀਂ ਰੱਖਦਾ ਉਹ ਭਾਈ ਮੈਂ ਵੇਖਣਾ ਵਾ ਕੋਈ ਫਕੀਰ ਕੋਈ ਵਿਚਾਰਾ ਸੜਕ ਦੇ ਉੱਤੇ ਪਿਆ ਹੁੰਦਾ ਨਾ ਮੈਂ ਉੱਤੇ ਚਾਦਰ ਪਾ ਦਿੰਦਾ ਰਜ਼ਾਈ ਦੇ ਦਿੰਦਾ ਵੀ ਲੈ ਤੁਸੀਂ ਚਲੋ ਬਹੁਤ ਅੱਛੀ ਉਹਨੂੰ ਭਾਵੇਂ ਗਰਮੀ ਲੱਗਣ ਡਈ ਹੋਵੇ ਤੂੰ ਉੱਤੇ ਖੇਸ ਪਾਇਆ ਨਹੀਂ ਅੱਗੋਂ ਠੰਡ ਨਹੀਂ ਆ ਰਹੀ ਉਹ ਠੰਡ ਤਾਂ ਉਦੋਂ ਆਉਣੀ ਆ ਉਹਨੂੰ ਸਗੋਂ ਪਸੀਨਾ ਆ ਜਾਏ ਥੱਲੇ
नहीं ये नेक काम हैगा कोई होवे जांदिया जांदिया मदद कर देना जिवें इसलिए गड्डी च समान रखे हुण जांदिया मैं तेरे ते भी रजाई पा के जानी ओ हेलो